ਸਿਸਟਰ ਹੈ ਨਾ, ਸਾਇੰਸਦਾਨ ਜਿਹਨੂੰ ਕਹਿੰਦੇ ਅਸੀਂ ਪੰਜਾਬੀ 'ਚ, ਉਹਨਾਂ ਨੇ ਕੀ ਹੈ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ। ਜੇ ਅਸੀਂ ਅੱਜ ਆਧੁਨਿਕ ਯੁੱਗ ਦੀ ਗੱਲ ਕਰਦੇ ਹਾਂ ਤਾਂ ਆਧੁਨਿਕ ਯੁੱਗ ਵਿੱਚ ਸਿੱਖਿਆ ਕਿੱਦਾਂ ਦਿੱਤੀ ਜਾਂਦੀ ਹੈ ਬੱਚਿਆਂ ਨੂੰ, ਕਿ ਅੱਜ ਵੀ ਹੁਣ ਬੱਚੇ ਗੁਰੂਕੁਲ 'ਚ ਜਾਂਦੇ ਆ ਸਿੱਖਿਆ ਲੈਣ, ਕਿੱਦਾਂ ਦਿੱਤੀ ਜਾਂਦੀ ਹੈ ਸਿੱਖਿਆ ਅੱਜ ਕੱਲ੍ਹ? ਅੱਜ ਕੱਲ੍ਹ ਦੇ ਵਿਦਿਆਰਥੀਆਂ ਨੂੰ ਸਿੱਖਿਆ ਸਕੂਲ ਵਿੱਚ ਦਿੱਤੀ ਜਾਂਦੀ ਹੈ, ਗੁਰੂਕੁਲ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਹਾਂ, ਗੁਰੂ ਦੁਆਰਾ ਸਿੱਖਿਆ ਦਿੱਤੀ ਜਾਂਦੀ ਹੈ ਨਾ, ਅਤੇ ਕਿ ਮਤਲਬ ਕਿ ਜਿਹੜੀ ਆਧੁਨਿਕ ਸਿੱਖਿਆ ਪੁਰਾਣੀ ਸਿੱਖਿਆ ਦੇ ਨਾਲੋਂ ਕਿਵੇਂ ਅਲੱਗ ਹੈ? ਪੁਰਾਣੇ ਸਮੇਂ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਫੈਸਿਲਿਟੀਜ਼ ਨਹੀਂ ਹੁੰਦੀ ਸੀਗੀ ਪੜ੍ਹਨ ਵਾਸਤੇ, ਅਤੇ ਅੱਜ ਦੇ ਸਮੇਂ 'ਚ ਜ਼ਿਆਦਾ ਫੈਸਿਲਿਟੀਜ਼ ਹੈ। ਦੇਖੋ ਜੀ, ਅਸੀਂ ਅੱਜ ਦੇ ਯੁੱਗ ਦੀ ਗੱਲ ਕਰਦੇ ਹਾਂ ਤਾਂ ਅੱਜ ਦਾ ਯੁੱਗ ਕੀ ਹੈ? ਟੈਕਨੋਲੋਜੀ।